ਕਿ ਇੱਕ ਬਿਜ਼ਨਸ ਖੋਲ੍ਹਣਾ ਡਿਫਰੈਂਟ ਚੀਜ਼ ਹੈ, ਪਰ ਉਹਨੂੰ ਉਚਾਈਆਂ 'ਤੇ ਲਿਜਾਉਣਾ ਅਤੇ ਫਿਰ ਉਹਨੂੰ ਮੇਨਟੇਨ ਰੱਖਣਾ ਅਤੇ ਹੋਰ ਉਚਾਈਆਂ ਛੂਹਣਾ, ਕਿਉਂਕਿ ਉਚਾਈ ਕਹਿੰਦੇ ਹੁੰਦੇ ਆ ਨਾ ਕਿ ਇੱਕ ਤਾਂ 'ਤੇ ਨਹੀਂ ਟਿਕੀ ਰਹਿੰਦੀ, ਬਿਲਕੁਲ ਉਹ ਹਮੇਸ਼ਾ ਵੱਧਦੀ ਰਹਿੰਦੀ ਹੈ। 45 ਸਾਲ ਦਾ ਸਫ਼ਰ, ਉਹਦੀ ਪਿਛਲੀ ਮਿਹਨਤ। ਹਾਂਜੀ, ਕਿ ਬਿਜ਼ਨਸ ਦਾ ਚੱਲਣਾ ਔਰ ਬਿਜ਼ਨਸ ਪੈਸੇ ਬਣਾ ਰਿਹਾ ਇੱਕ ਗੱਲ ਹੈ, ਮੈਂ ਉਹਨੂੰ ਕਾਮਯਾਬ ਬਿਜ਼ਨਸ ਨਹੀਂ ਕਹਿੰਦਾ। ਬਿਜ਼ਨਸ ਕਾਮਯਾਬ ਮੈਂ ਉਹਨੂੰ ਕਹਿੰਦਾ ਵੀ ਜਿਹੜਾ ਬਿਜ਼ਨਸ ਚੱਲ ਰਿਹਾ, ਪੈਸੇ ਚਲੋ ਬਣਾ ਰਿਹਾ, ਬਿਜ਼ਨਸ ਕਰ ਰਿਹਾ, ਪਰ ਉਹਦੇ ਨਾਲ ਭਾਈਚਾਰਾ ਉਹਨੂੰ ਕਿੰਨਾ ਜੋੜ ਕੇ ਨਾ ਰੱਖਿਆ ਹੋਇਆ, ਇਹ ਮੇਰੀ ਥਿਊਰੀ ਹੈ। ਤੁਹਾਡੇ ਬਿਜ਼ਨਸ ਦਾ ਕੋਈ ਸੀਕਰੇਟ ਹੈਗਾ ਜਿਹੜਾ ਤੁਸੀਂ ਸ਼ੇਅਰ ਕਰਨਾ ਚਾਹੋ ਕਿ ਇਹ ਸੀਕਰੇਟ ਹੈ ਜੀ, ਤੁਸੀਂ ਵੀ ਅਪਣਾ ਲਓ? ਇੰਨੇ ਈਜ਼ੀ ਨਹੀਂ ਹੁੰਦੇ ਬਿਜ਼ਨਸ ਚਲਾਉਣੇ, ਅਤੇ ਜਿਸ ਦਿਨ ਕਿਸੇ ਵੀ ਬਿਜ਼ਨਸ ਅਦਾਰੇ ਦਾ ਸਟਾਫ ਇਹ ਕਹਿ ਦੇ ਕਿ ਬਿਜ਼ਨਸ ਸਾਡਾ ਹੀ ਹੈ, ਕਿਸੇ ਦਾ ਨਹੀਂ, ਫਿਰ ਉਹ ਵਾਹਿਗੁਰੂ ਦੀ ਫੁੱਲ ਕਿਰਪਾ ਹੈ। ਨਾਲ ਨਾਲ ਕਮਿਊਨਿਟੀ ਦੀ ਮਦਦ ਵੀ ਵੱਡੇ ਪੱਧਰ 'ਤੇ ਕੀਤੀ ਜਾਂਦੀ ਆ। ਰੀਸੈਂਟਲੀ ਮੈਂ ਦੇਖ ਰਹੀ ਹਾਂ ਕਿ ਡੈਨਜ਼ ਲੈਗੇਸੀ ਫਾਊਂਡੇਸ਼ਨ ਰਿਕਵਰਡ ਫੂਡ ਪ੍ਰੋਗਰਾਮ ਦੀ ਤੁਸੀਂ ਹੈਲਪ ਕੀਤੀ ਆ $20,000 ਡੋਨੇਟ ਕਰਕੇ, ਅਤੇ ਹੁਣ ਮੇਰਾ ਤਾਂ 80% ਜਿਹੜਾ ਟਾਈਮ ਹੈ ਮੈਂ ਸੋਸ਼ਲ ਵਰਕ ਹੀ ਕਰਦਾ। ਬੱਚਿਆਂ ਨੇ ਬੜਾ ਵਧੀਆ ਸਭ ਕੁਝ ਚੁੱਕ ਲਿਆ, ਅਤੇ ਜਦੋਂ ਖਾਸ ਕਰ ਭੁੱਖੇ ਢਿੱਡਾਂ ਦੀ ਗੱਲ ਹੁੰਦੀ ਹੈ, 45ਵੀਂ ਐਨਵਰਸਰੀ ਹੋਵੇ, 43ਵੀਂ ਹੋਵੇ, 44ਵੀਂ ਹੋਵੇ, ਹਰ ਵਾਰ ਕੈਸ਼ ਪ੍ਰਾਈਜ਼ ਦਿੱਤਾ ਜਾਂਦਾ ਅਤੇ ਹਰ ਸਾਲ ਵੈਲਿਊ ਜਿਹੜੀ ਆ ਉਹ ਵੱਧ ਜਾਂਦੀ ਹੈ। 44ਵੀਂ ਐਨਵਰਸਰੀ 'ਤੇ $4,400, ਹੁਣ $4,500 45ਵੀਂ ਐਨਵਰਸਰੀ 'ਤੇ ਦਿੱਤਾ ਜਾ ਰਿਹਾ। ਕੌਣ ਕੌਣ ਐਂਟਰ ਕਰ ਸਕਦਾ ਜੀ, ਡਰਾਅ ਦੀਆਂ ਡੀਟੇਲਸ ਜ਼ਰੂਰ ਦੱਸ? ਤੁਸੀਂ ਵਰਕ ਪਰਮਿਟ 'ਤੇ ਹੋ, ਤੁਸੀਂ ਵਿਜ਼ਿਟਿੰਗ ਵੀਜ਼ੇ 'ਤੇ ਹੋ, ਤੁਸੀਂ ਜੋ ਵੀ ਹੋ, ਸਿਟੀਜ਼ਨ ਹੋ, ਹਰ ਇੱਕ ਔਰ ਕਿਸੇ ਮੁਲਕ ਤੋਂ ਆਏ ਹੋ, ਕੋਈ ਜਵਾਨ ਬੋਲਦੇ ਹੋ, ਤੁਸੀਂ ਸਾਰੇ ਕੁਆਲੀਫਾਈ ਹੋ। ਆਲਰੇਡੀ ਗੱਡੀਆਂ ਦੀਆਂ ਪ੍ਰਾਈਸਿਸ ਵੀ ਰਿਡਿਊਸ ਕੀਤੀਆਂ ਹੋਈਆਂ ਨੇ, ਸੋ ਜਿਹੜੀਆਂ ਗੱਡੀਆਂ ਨੇ $4,500 ਤੱਕ ਰਿਡਿਊਸਡ ਨੇ, ਜੇ ਟਰੱਕ ਦੀ ਗੱਲ ਕਰੀਏ $10,000 ਤੱਕ ਰਿਡਿਊਸ ਪ੍ਰਾਈਸਿਸ ਹੈਗੇ ਨੇ, ਉਹਦੀਆਂ ਡਿਟੇਲਸ ਵੀ ਦੱਸ। ਸਾਡੇ ਕੋਲ ਜਿਹੜੇ ਕਮਰਸ਼ੀਅਲ ਟਰੱਕ ਨੇ 3 ਟਨ 5 ਟਨ, ਵੇਖਰ ਉਹ ਕਿਸੇ ਵੀ ਸਾਈਜ਼ ਦੇ ਨੇ, ਹਾਂਜੀ 18 ਫੁੱਟੇ ਨੇ, 20 ਫੁੱਟੇ, 26 ਫੁੱਟੇ, ਜਾਂ ਫਲੈਟ ਡੈਕਸ ਨੇ। ਤੁਸੀਂ ਦੇਖ ਰਹੇ ਹੋਗੇ ਕੋਈ ਵੀ ਪ੍ਰਾਈਸ ਉੱਤੇ ਵੈਬਸਾਈਟ 'ਤੇ ਜਾ ਕੇ ਦੇਖੋ ਲੱਗੀ ਹੋਈ ਆ, ਪਰ ਤੁਹਾਨੂੰ ਇਸ 45ਵੀਂ ਯੂਨੀਵਰਸਿਟੀ 'ਤੇ ਤੁਸੀਂ ਆਟੋਮੈਟਿਕਲੀ $10,000 ਉੱਚੋਂ ਘਟਾ ਲਓ। ਓਕੇ, ਵਧਾ ਵੀ ਜੋ ਪ੍ਰਾਈਸ, ਸੋ ਨੋ ਯੂ ਡੋਨਟ ਹੈਵ ਟੂ ਨੈਗੋਸ਼ੀਏਟ। ਬਟ ਸਾਹਿਬ ਹੁਣ ਨਾ ਗੱਡੀਆਂ ਦੇ ਵਿੱਚ ਵੀ ਬਹੁਤ ਸਾਰੀਆਂ ਵਰਾਇਟੀਜ਼ ਨੇ, ਹੁਣ ਅਸੀਂ ਪਲੱਗ ਇਨ ਹਾਈਬ੍ਰਿਡਸ ਦੀ ਗੱਲ ਕਰ ਲਈਏ, ਇਲੈਕਟ੍ਰਿਕ ਗੱਡੀਆਂ ਦੀ ਗੱਲ ਕਰ ਲਈਏ, ਸੇਫ SUV ਹੈਗੇ ਨੇ, ਉਹ ਸਾਰੀਆਂ ਚੀਜ਼ਾਂ ਇਨਵੈਂਟੋਰੀ 'ਚ ਹੈਗੀਆਂ? ਹਾਂਜੀ ਬਿਲਕੁਲ ਜੀ, ਐਜ਼ ਮੈਂ ਲਾਸਟ ਨਾਈਟ ਉਹਦਾ ਇਨਵੈਂਟੋਰੀ ਦੇਖ ਰਿਹਾ ਸੀਗਾ, ਕੋਈ 400 ਦੇ ਵੀ ਗੱਡੀਆਂ ਖੜੀਆਂ ਨੇ ਜੀ। ਬਿਲਕੁਲ ਜੀ, ਅਤੇ ਜੇ ਕੋਈ ਮੇਕ ਐਂਡ ਮਾਡਲ ਨਹੀਂ ਅਵੇਲੇਬਲ ਤੁਹਾਡੇ ਵੱਲੋਂ ਆਰਡਰ ਕੀਤਾ ਜਾਵੇ? ਹਾਂ ਬਿਲਕੁਲ ਜੀ, ਸਾਡਾ ਇੱਕ ਵੱਖਰਾ ਡਿਪਾਰਟਮੈਂਟ ਹੈ, ਉਹ ਜਿਹਨੂੰ ਅਸੀਂ ਲੋਕੇਟ ਕਹਿੰਦੇ ਹਾਂ, ਤੁਸੀਂ ਗੱਡੀ ਤੁਹਾਡੇ ਕੋਲ ਹੈ ਨਹੀਂ ਜਾਂ ਸਾਡੇ ਕੋਲ ਟਰੱਕ ਹੈ ਨਹੀਂ ਗਾ ਜਿਹੜਾ 5 ਟਨ 3 ਟਨ ਨੇ, ਤੁਸੀਂ ਉਹ ਸ਼ੀਟ ਭਰਾਓ, ਨੈਕਸਟ ਡੇ ਤੁਹਾਨੂੰ ਅਸੀਂ। ਅਤੇ ਨਾਲ ਨਾਲ ਬਾਟ ਸਾਹਿਬ ਇਹ ਵੀ ਹੈ ਕਿ ਬੜੀ ਗੱਲ ਮਸ਼ਹੂਰ ਹੈਗੀ ਹੈ ਕਿ ਸੁੱਖੀ ਪਾਠ ਮੋਟਰਸ 'ਤੇ ਜਾਓ, ਤੁਹਾਡੇ ਕੋਲ ਕ੍ਰੈਡਿਟ ਹੈਗਾ, ਗੁੱਡ ਹੈ, ਬੈਡ ਹੈ ਹੀ ਨਹੀਂ, ਨਵੇਂ ਆਏ ਆ ਤਾਂ ਵੀ ਗੱਡੀ ਮਿਲ ਸਕਦੀ ਹੈ? ਗੱਡੀ ਦੇ ਦਾਂਗੇ ਜੀ, ਦੇਖੋ ਜੇ ਹੋ ਸਕਦਾ ਵੀ ਤੁਸੀਂ 50,000 ਲਈ ਕੁਆਲੀਫਾਈ ਨਾ ਕਰੋ, ਮੈਂ ਸੱਚ ਕਹਿ ਰਿਹਾ, ਪਰ ਇਹ ਮੈਂ ਤੁਹਾਡੇ ਨਾਲ ਵਾਅਦਾ ਕਰ ਸਕਦਾ ਵੀ ਤੁਹਾਨੂੰ ਗੱਡੀ ਦੇ ਕੇ ਤੋਰਾਂਗੇ, ਜਿਹਨਾਂ ਵੀ ਤੁਹਾਡਾ ਸਿਸਟਮ ਨੂੰ ਦੇਖ ਕੇ। ਪਰ ਅਕਸਰ ਅਸੀਂ ਨਿਊ ਮਾਡਲ ਹੀ ਰੱਖਦੇ ਹਾਂ ਅਸੀਂ, ਕਿਉਂ ਇੱਦਾਂ ਨਹੀਂ ਕਿ ਤੁਹਾਨੂੰ ਐਵੇਂ ਕੋਈ ਟੁੱਟੀ ਜਿਹੀ ਗੱਡੀ ਦੇ ਕੇ ਐਵੇਂ ਬੁੱਤਾ ਲਾ ਦਾਂਗੇ।
ਤੁਸੀਂ ਦੇਖ ਰਹੇ ਹੋ ਸੰਜਾ ਟੀਵੀ, ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਅਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਖਾਸ ਗੱਲਬਾਤ ਹੋਣੀ ਹੈ, ਖਾਸ ਗੱਲਬਾਤ ਹੋਏਗੀ ਬਿਜ਼ਨਸ ਦੇ ਬਾਰੇ, ਕਿਉਂਕਿ ਜਦੋਂ ਅਸੀਂ ਕਿਸੇ ਬਿਜ਼ਨਸ ਦੀ ਗੱਲ ਕਰਦੇ ਹਾਂ ਨਾ, ਤਾਂ ਬਿਜ਼ਨਸ ਇੱਕ ਸ਼ਬਦ ਹੈ, ਪਰ ਉਹਦੇ ਮਗਰ ਕਿੰਨੀ ਮਿਹਨਤ ਹੈ, ਫਿਰ ਮਿਹਨਤ ਤੋਂ ਬਾਅਦ ਸਕਸੈਸ ਕਿੰਨੀ ਹੈ, ਅਤੇ ਸਕਸੈਸ ਨੂੰ ਮੇਨਟੇਨ ਰੱਖਣਾ ਅਤੇ ਮੇਨਟੇਨ ਰੱਖ ਕੇ ਫਿਰ ਹੋਰ ਉਚਾਈਆਂ ਨੂੰ ਛੂਹਣਾ ਇੱਕ ਅਲੱਗ ਗੱਲ ਹੋ ਜਾਂਦੀ ਹੈ। ਕਿਉਂਕਿ ਬਿਜ਼ਨਸ ਇੱਕ ਸਟਾਰਟ ਕਰਨ ਦਾ ਨਾਮ ਹੋਰ ਹੈ, ਪਰ ਉਹ ਸਕਸੈਸ ਨੂੰ ਹੋਰ ਉਚਾਈਆਂ 'ਤੇ ਲੈ ਕੇ ਜਾਣਾ ਨਾਮ ਹੋਰ ਹੈ। ਉਹਦੇ ਲਈ ਕਿੰਨੀ ਮਿਹਨਤ ਲੱਗਦੀ ਹੈ, ਕਿੰਨੀ ਹੋਰ ਮੁਸ਼ਕਤ ਕਰਨੀ ਪੈਂਦੀ ਹੈ, ਕਿੰਨੀਆਂ ਪੀੜ੍ਹੀਆਂ ਦੀ ਮਿਹਨਤ ਲੱਗਦੀ ਹੈ, ਇਹ ਸਾਰੀ ਅੱਜ ਗੱਲਬਾਤ ਹੋਣੀ ਹੈ। ਗੱਲਬਾਤ ਹੋਣੀ ਆ 45 ਸਾਲ ਦੇ ਸਫ਼ਰ ਦੇ ਬਾਰੇ, 45 ਸਾਲ ਜਿਸ ਬਿਜ਼ਨਸ ਨੂੰ ਇੱਕ ਕਮਿਊਨਿਟੀ ਦੇ ਵਿੱਚ ਹੋ ਗਏ ਹੋਣ, ਸੋ ਬਿਜ਼ਨਸ ਬਿਜ਼ਨਸ ਨਹੀਂ ਰਹਿੰਦਾ, ਉਹ ਇੱਕ ਫੈਮਿਲੀ ਬਣ ਜਾਂਦਾ। ਸੋ ਅੱਜ ਫੈਮਿਲੀ ਦੇ ਬਾਰੇ, ਬਿਜ਼ਨਸ ਦੇ ਬਾਰੇ, ਸੋ ਉਹ ਫੈਮਿਲੀ ਮੈਨ ਦੇ ਨਾਲ ਗੱਲਬਾਤ ਹੋਣੀ ਹੈ। ਗੱਲਬਾਤ ਹੋਏਗੀ ਜੀ ਸੁਖੀ ਬਾਠ ਦੇ ਨਾਲ। ਸੁਖੀ ਬਾਠ ਜੀ, ਉਹਨਾਂ ਦਾ ਸੁਖੀ ਬਾਠ ਮੋਟਰਸ, ਟਰੱਕ ਸੈਂਟਰ ਅਤੇ ਹੋਰ ਬਿਜ਼ਨਸ ਨਾਲ ਨਾਲ ਚੱਲ ਰਹੇ ਨੇ, ਅਤੇ ਪਰ 45 ਸਾਲ ਸੁਖੀ ਬਾਠ ਮੋਟਰਸ ਨੂੰ ਹੋ ਗਏ ਨੇ, ਸੋ ਉਸ ਦੇ ਰਿਲੇਟਡ ਗੱਲਬਾਤ ਹੋਏਗੀ। ਸੁਖੀ ਬਾਠ ਜੀ ਅੱਜ ਸਟੂਡੀਓ ਦੇ ਵਿੱਚ ਨੇ, ਆਓ ਸਵਾਗਤ ਕਰਦੇ ਹਾਂ। ਬਾਠ ਸਾਹਿਬ ਸਵਾਗਤ ਹੈ ਜੀ ਤੁਹਾਡਾ, ਸਤਿ ਸ਼੍ਰੀ ਅਕਾਲ। ਅਰਸ਼ਦੀਪ, ਤੁਹਾਨੂੰ ਅਤੇ ਸਾਂਝਾ ਟੀਵੀ ਦੇ ਜਿੰਨੇ ਵੀ ਆਪਣੇ ਬਹੁਤ ਮੁਹੱਬਤੀ ਦਰਸ਼ਕ ਨੇ, ਸਾਰਿਆਂ ਨੂੰ ਸੁਖੀ ਬਾਠ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਦੋਂ ਵੀ ਤੁਸੀਂ ਸਟੂਡੀਓ ਦੇ ਵਿੱਚ ਆਉਂਦੇ ਹਾਂ ਤਾਂ ਉਦੋਂ ਹਮੇਸ਼ਾ ਚਿਹਰੇ 'ਤੇ ਮੁਸਕਾਨ, ਪੋਜ਼ੀਟਿਵ ਵਾਈਬਸ ਸਾਨੂੰ ਹਮੇਸ਼ਾ ਆ ਜਾਂਦੀਆਂ ਨੇ, ਪਰ ਨਾਲ ਨਾਲ ਸਾਨੂੰ ਇੰਸਪੀਰੇਸ਼ਨ ਮਿਲਦੀ ਆ ਉਹ ਬਿਜ਼ਨਸ ਦੀ, ਜਿਹੜੀ ਮੈਂ ਗੱਲ ਕੀਤੀ ਸੀ ਕਿ ਇੱਕ ਬਿਜ਼ਨਸ ਖੋਲ੍ਹਣਾ ਡਿਫਰੈਂਟ ਚੀਜ਼ ਹੈ, ਪਰ ਉਹਨੂੰ ਉਚਾਈਆਂ 'ਤੇ ਲਿਜਾਉਣਾ ਅਤੇ ਫਿਰ ਉਹਨੂੰ ਮੇਨਟੇਨ ਰੱਖਣਾ ਅਤੇ ਹੋਰ ਉਚਾਈਆਂ ਛੂਹਣਾ, ਕਿਉਂਕਿ ਉਚਾਈ ਕਹਿੰਦੇ ਹੁੰਦੇ ਆ ਨਾ ਕਿ ਇੱਕ ਤਾਂ 'ਤੇ ਨਹੀਂ ਟਿਕੀ ਰਹਿੰਦੀ, ਬਿਲਕੁਲ ਉਹ ਹਮੇਸ਼ਾ ਵੱਧਦੀ ਰਹਿੰਦੀ ਹੈ। 45 ਸਾਲ ਦਾ ਸਫ਼ਰ, ਉਹਦੀ ਪਿਛਲੀ ਮਿਹਨਤ, ਕਿਵੇਂ ਦੇਖਦੇ ਆ ਆਪਦੇ ਇਸ ਲੌਂਗ ਕਹਿ ਸਕਦੇ ਆ ਕਿ ਰਿਲੇਸ਼ਨ ਨੂੰ ਕਾਰਾਂ ਦੇ ਨਾਲ? ਜੀ ਬਿਲਕੁਲ ਅਰਸ਼ਦੀਪ, ਵੈਸੇ ਪਹਿਲਾਂ ਤਾਂ ਮੈਂ ਨਾ ਉੱਪਰ ਵਾਲੇ ਦਾ ਬੜਾ ਸ਼ੁਕਰ ਗੁਜ਼ਾਰ ਹਾਂ ਕਿ ਜਿਹਦੀਆਂ ਰਹਿਮਤਾਂ 45 ਸਾਲ ਨਾਲ ਰਹੀਆਂ। ਦੂਸਰਾ ਜਿਹੜਾ ਭਾਈਚਾਰਾ ਨਾ, ਇੱਕ ਮੈਂ ਅਕਸਰ ਇੱਕ ਗੱਲ ਕਹਿੰਦਾ ਹੁੰਦਾ ਵੀ ਇੱਕ ਬਿਜ਼ਨਸ ਦਾ ਚੱਲਣਾ ਔਰ ਬਿਜ਼ਨਸ ਪੈਸੇ ਬਣਾ ਰਿਹਾ ਇੱਕ ਗੱਲ ਹੈ, ਮੈਂ ਉਹਨੂੰ ਕਾਮਯਾਬ ਬਿਜ਼ਨਸ ਨਹੀਂ ਕਹਿੰਦਾ। ਬਿਜ਼ਨਸ ਕਾਮਯਾਬ ਮੈਂ ਉਹਨੂੰ ਕਹਿੰਦਾ ਵੀ ਜਿਹੜਾ ਬਿਜ਼ਨਸ ਚੱਲ ਰਿਹਾ, ਪੈਸੇ ਚਲੋ ਬਣਾ ਰਿਹਾ, ਬਿਜ਼ਨਸ ਕਰ ਰਿਹਾ, ਪਰ ਉਹਦੇ ਨਾਲ ਭਾਈਚਾਰਾ ਉਹਨੂੰ ਕਿੰਨਾ ਜੋੜ ਕੇ ਨਾ ਰੱਖਿਆ ਹੋਇਆ, ਇਹ ਮੇਰੀ ਥਿਊਰੀ ਹੈ। ਸੋ ਮੈਂ ਇਸ ਗੱਲ ਦਾ ਸ਼ੁਕਰਗੁਜ਼ਾਰ ਹਾਂ ਕਿ ਬਿਜ਼ਨਸ ਵੀ ਵਧੀਆ ਨੇ ਅਤੇ ਭਾਈਚਾਰਾ ਵੀ ਪੂਰੇ ਦਾ ਪੂਰਾ 45 ਸਾਲਾਂ ਤੋਂ, ਯਾਨੀ ਕਿ 3 ਪੀੜ੍ਹੀਆਂ ਆਪਾਂ ਨਾਲ ਬਿਜ਼ਨਸ ਕਰ ਰਹੀਆਂ ਨੇ, ਅਤੇ ਇਹ ਮਤਲਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਹਦੇ ਲਈ। ਜੀ 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 ਬਿਲਕੁਲ। ਅੱਛਾ, ਜਦੋਂ ਅਸੀਂ ਬਿਜ਼ਨਸ ਦੀ ਗੱਲ ਕਰਦੇ ਹਾਂ, ਤੁਹਾਡੇ ਬਿਜ਼ਨਸ ਦਾ ਕੋਈ ਸੀਕਰੇਟ ਹੈਗਾ ਜਿਹੜਾ ਤੁਸੀਂ ਸ਼ੇਅਰ ਕਰਨਾ ਚਾਹੋ ਕਿ ਇਹ ਸੀਕਰੇਟ ਹੈ ਜੀ, ਤੁਸੀਂ ਵੀ ਅਪਣਾ ਲਓ? ਪਹਿਲੀ ਤਾਂ ਅਰਸ਼ ਦੀ ਪਹਿਲੀ ਗੱਲ ਤਾਂ ਇਹ ਆ ਵੀ ਵੈਸੇ ਸੁਖੀ ਬਾਠ ਉੱਦਾਂ ਵੀ ਇੱਕ ਖੁੱਲ੍ਹੀ ਕਿਤਾਬ ਆ, ਜਦੋਂ ਮਰਜ਼ੀ ਜਿੱਥੇ ਮਰਜ਼ੀ ਤੋਂ ਛਾਂ 'ਚ ਬਹਿ ਕੇ ਪੜ੍ਹ ਲਓ ਇਹਨੂੰ, ਸੋਸ਼ਲ ਮੀਡੀਆ ਜੋ ਵੀ ਉੱਥੇ ਦੇਖੋਗੇ ਸਭ ਰੀਜਨਲ ਆ, ਈਮੇਲਾਂ, ਫੋਨ ਨੰਬਰ, ਕਿਉਂ ਆਮ ਵੈਰੀ ਫੀਅਰਲੈਸ ਹਿਊਮਨ, ਕਿ ਮੈਂ ਉਹ ਕੰਮ ਹੀ ਨਹੀਂ ਕੋਈ ਕਰਦਾ ਜਿੰਨਾ ਡਰ ਪੈਦਾ ਹੋਵੇ, ਕਿਉਂ ਜ਼ਿੰਦਗੀ ਵਧੀਆ ਜੀ ਉਦੋਂ ਹੀ ਸਕਦੇ ਹਾਂ ਜਦੋਂ ਆਪਾਂ ਕੋਲ ਡਰ ਨਹੀਂ ਕੋਈ ਵੀ, ਅਤੇ ਮੇਰੀ ਸਦਾ ਹੀ ਕੋਸ਼ਿਸ਼ ਹੁੰਦੀ ਹੈ। ਅਤੇ ਦੂਸਰਾ ਜਿਹੜਾ ਬਿਜ਼ਨਸ ਦੇ ਵਿੱਚ ਇੰਨੇ ਈਜ਼ੀ ਨਹੀਂ ਹੁੰਦੇ ਬਿਜ਼ਨਸ ਚਲਾਉਣੇ, ਪਰ ਨਾਲ ਦੀ ਨਾਲ ਤੁਹਾਨੂੰ ਜਿੱਥੇ ਹਾਰਡ ਵਰਕ ਦੀ ਗੱਲ ਕਰਦੇ ਹਾਂ, ਜਿੱਥੇ ਅਸੀਂ ਪ੍ਰੋਡਕਟ ਦੀ ਗੱਲ ਕਰਦੇ ਹਾਂ, ਇੱਕ ਇਮਾਨਦਾਰੀ ਅਤੇ ਜ਼ਮੀਰ ਨੂੰ ਜਾਗਦੀ ਰੱਖਣ ਦੀ ਗੱਲ ਜਿਹੜੀ ਬਿਜ਼ਨਸ ਦੇ ਵਿੱਚ ਬਹੁਤ ਪਾਈ ਜਾਂਦੀ ਹੈ ਜੇ ਕਾਮਯਾਬ ਹੋਣਾ ਤੇ ਚਲੋ ਮੇ ਨਾਟ ਬੀ ਪਰਫੈਕਟ, ਬਟ ਕੋਸ਼ਿਸ਼ ਹੁੰਦੀ ਆ ਕਿ ਆਪਣੀ ਜ਼ਮੀਰ ਨੂੰ ਜਾਗਦੀ ਰੱਖਾਂ ਅਤੇ ਆਪਣੀ ਇਮਾਨਦਾਰੀ ਨੂੰ
ਕੋਈ ਦਗਾ ਨਾ ਦਾਗ ਨਾ ਲੱਗਣ ਦੇਵਾਂ, ਜਿਹੜੀ ਮੇਰੀ ਸਦਾ ਹੀ ਕੋਸ਼ਿਸ਼ ਰਹਿੰਦੀ ਆ। ਸੋ ਇਹ ਮੇਰੇ ਖਿਆਲ ਦੁੱਖ ਚੀਜ਼ਾਂ ਨਾਲ ਹੀ ਬਿਜ਼ਨਸ ਵਧੀਆ ਚੱਲ ਸਕਦਾ। ਪਰ ਸਾਹਿਬ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਬਿਜ਼ਨਸ ਸਟਾਰਟ ਤੁਸੀਂ ਇਕੱਲਿਆਂ ਨੇ ਕੀਤਾ, ਤੁਸੀਂ ਪਹਿਲਾਂ ਖੁਦ ਸੇਲਸ ਦਾ ਕੰਮ ਕੀਤਾ, ਕਿਤੇ ਹੋਰ ਕੰਮ ਕੀਤਾ, ਫਿਰ ਸ਼ੁਰੂ ਕੀਤਾ ਥੋੜੀਆਂ ਜਿਹੀਆਂ ਕਾਰਾਂ ਖਰੀਦ ਕੇ, ਤੇ ਫਿਰ ਉਹਦੇ ਨਾਲ ਫੈਮਿਲੀ ਨੇ ਸਾਥ ਦਿੱਤਾ, ਹੁਣ ਬੱਚੇ ਸਾਥ ਦੇ ਰਹੇ ਨੇ, ਨਾਲ ਸਟਾਫ ਨੇ ਕਿੰਨਾ ਸਾਥ ਦਿੱਤਾ। ਮੈਂ ਪਿਛਲੀ ਵਾਰ ਵੀ ਤੁਹਾਨੂੰ ਇਹ ਸਵਾਲ ਪੁੱਛਿਆ ਸੀ ਕਿ ਉਹ ਬਿਜ਼ਨਸ ਹਮੇਸ਼ਾ ਸਕਸੈਸਫੁਲ ਗਿਣਿਆ ਜਾਂਦਾ ਜਿਹਦੇ ਨਾਲ ਪਹਿਲੇ ਦਿਨ ਤੋਂ ਕੋਈ ਨਾ ਕੋਈ ਜੁੜਿਆ ਹੋਵੇ, ਤੇ ਉਹ ਅਜੇ ਵੀ ਉਹਨਾਂ ਦੇ ਰੈਜ਼ਮੇ ਦੇ ਵਿੱਚ ਇੱਕ ਥਾਂ ਤੇ ਕੰਮ ਕਰਨਾ ਲਿਖਿਆ ਹੋਵੇ ਤੇ ਉਹ ਹੋਵੇ ਸੁਖੀਬਾਟ ਮੋਟਰਸ, ਤੇ ਉਸ ਤੋਂ ਬਾਅਦ ਕਿਤੇ ਹੋਰ ਕੰਮ ਹੀ ਨਹੀਂ ਕੀਤਾ, ਇਹ ਵੀ ਵੱਡੀ ਪ੍ਰਾਪਤੀਆਂ ਚੋਂ ਪ੍ਰਾਪਤੀ ਗਿਣੀ ਜਾ ਸਕਦੀ ਹੈ। ਹਾਂ ਬਿਲਕੁਲ ਜੀ, ਜਿਹੜਾ ਇੱਕ ਤੇ ਖੁਦ ਮੇਰਾ ਆਪਣਾ ਰੈਜ਼ਮੇ ਬੜਾ ਛੋਟਾ ਹੈ, ਕਿਉਂ ਮੈਂ ਵੀ ਇੱਕ ਤਾਂ ਹੀ ਹੋਰ ਕੰਮ ਕੀਤਾ ਆ, ਤੇ ਜਿਹੜੇ ਮੇਰੇ ਕੋਲ ਸਟਾਫ ਨੇ ਅਨਬਲੀਵਲੀ, ਐਕਚੁਅਲੀ ਕਈ ਵਾਰੀ 32 ਸਾਲ ਹੋ ਗਏ, 33 ਸਾਲ ਹੋ ਗਏ, 34 ਸਾਲ ਹੋ ਗਏ, ਉਹ ਜਿਹੜਾ ਅਸਲੀ ਐਸੈਟਸ ਹੁੰਦੇ ਨੇ ਕਿਸੇ ਵੀ ਬਿਜ਼ਨਸ ਦੇ। ਅਤੇ ਨਾਲ ਦੀ ਨਾਲ ਇਹ ਤਾਂ ਪੱਕੀ ਗੱਲ ਆ ਵੀ ਜਿਹਦਾ ਸਟਾਫ ਹੈਪੀ ਹੈ ਜੀ, ਦੇ ਵਿਲਿੰਗ ਟੂ ਡੂ ਵਟ ਐਵਰ ਸਟੇਕਸ ਬਿਜ਼ਨਸ ਨੂੰ ਉਚਾਈਆਂ 'ਤੇ ਲਿਜਾਣ ਨੂੰ। ਸੋ ਮੇਰੀ ਵੀ ਕੋਸ਼ਿਸ਼ ਰਹਿੰਦੀ ਆ ਕਿ ਸਾਡੇ ਜਿਹੜਾ ਵੀ ਮੇਰਾ ਬਿਜ਼ਨਸ ਅਦਾਰਾ ਉਹਦੇ ਵਿੱਚ ਇੱਕ ਬਹੁਤ ਹੀ ਵਧੀਆ ਐਟਮੋਸਫੀਅਰ ਪੈਦਾ ਕੀਤਾ ਜਾਵੇ, ਨੈਗੇਟਿਵਿਟੀ ਉੱਥੇ ਨਾ ਆਵੇ, ਅਤੇ ਉਤਸ਼ਾਹ ਕਰੋ ਉਹਨਾਂ ਨੂੰ, ਉਹਨਾਂ ਨੂੰ ਨਾਲ ਰੱਖੋ, ਉਹਨਾਂ ਨਾਲ ਬੈਠੋ, ਉਹਨਾਂ ਦੇ ਉਹਨਾਂ ਦੀਆਂ ਢਿੱਡ ਦੀਆਂ ਗੱਲਾਂ ਵੀ ਸੁਣੋ, ਉਹਨਾਂ ਨਾਲ ਦੁੱਖ ਸੁੱਖ ਵੀ ਸਾਂਝੇ ਕਰੋ, ਫਿਰ ਉਹ ਸਟਾਫ ਸਾਨੂੰ ਇਹ ਕਹਿਣ ਲੱਗ ਜਾਂਦਾ ਵੀ ਇਹ ਸਾਡਾ ਆਪਣਾ ਹੀ ਹੈ। ਅਤੇ ਜਿਸ ਦਿਨ ਕਿਸੇ ਵੀ ਬਿਜ਼ਨਸ ਅਦਾਰੇ ਦਾ ਸਟਾਫ ਇਹ ਕਹਿ ਦੇ ਕਿ ਬਿਜ਼ਨਸ ਸਾਡਾ ਹੀ ਹੈ, ਕਿਸੇ ਦਾ ਨਹੀਂ, ਫਿਰ ਵਾਹਿਗੁਰੂ ਦੀ ਫੁੱਲ ਕਿਰਪਾ ਹੈ, ਤੇ ਮੈਂ ਵੀ ਇਹੀ ਕੋਸ਼ਿਸ਼ ਕਰਦਾ। ਪਰਿਵਾਰ ਸਮਝ ਕੇ ਜਦੋਂ ਅਸੀਂ ਕੰਮ ਕਰਨ ਲੱਗ ਜਾਂਦੇ ਹਾਂ ਤਾਂ ਫਿਰ ਉਹ ਬੰਦੇ ਦੀ ਵੀ ਗਰੋਥ ਹੁੰਦੀ ਹੈ ਤੇ ਫਿਰ ਬਿਜ਼ਨਸ ਦੀ ਵੀ ਗਰੋਥ ਹੁੰਦੀ ਹੈ, ਪਰ ਨਾਲ ਨਾਲ ਪਰਿਵਾਰ ਤੁਹਾਡਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਕਹਿ ਸਕਦੇ ਹਾਂ, ਕਮਿਊਨਿਟੀ ਹੁਣ ਇੱਕ ਪਰਿਵਾਰ ਬਣ ਗਈ ਆ। ਅਸੀਂ ਦੇਖਦੇ ਹਾਂ ਕਿ ਫਿਲੀਪੀਨ ਦਾ ਕਿਸੇ ਦਾ ਕੋਈ ਦਿਨ ਤਿਉਹਾਰ ਹੋਵੇ ਤਾਂ ਵੀ ਮਨਾਇਆ ਜਾਂਦਾ, ਇੰਡੀਅਨ ਤਾਂ ਅਸੀਂ ਮਨਾਉਣੇ ਹੀ ਮਨਾਉਣੇ ਆ ਤਿਉਹਾਰ, ਅਸੀਂ ਕ੍ਰਿਸਮਿਸ ਤੱਕ, ਅਸੀਂ ਹੈਲੋਵੀਨ ਤੱਕ, ਹਰ ਕੋਈ ਤਿਉਹਾਰ ਜਿਹੜਾ ਉਹ ਸੁਖੀਬਾਟ ਮੋਟਰਸ ਦੇ ਉੱਤੇ ਦੇਖਦੇ ਹਾਂ ਕਿ ਸੈਲੀਬ੍ਰੇਟ ਕੀਤਾ ਜਾਂਦਾ, ਨਾਲ ਨਾਲ ਕਮਿਊਨਿਟੀ ਦੀ ਮਦਦ ਵੀ ਵੱਡੇ ਪੱਧਰ 'ਤੇ ਕੀਤੀ ਜਾਂਦੀ ਆ। ਰੀਸੈਂਟਲੀ ਮੈਂ ਦੇਖ ਰਹੀ ਹਾਂ ਕਿ ਡੈਨਸ ਲੈਗੇਸੀ ਫਾਊਂਡੇਸ਼ਨ ਰਿਕਵਰਡ ਫੂਡ ਪ੍ਰੋਗਰਾਮ ਦੀ ਤੁਸੀਂ ਹੈਲਪ ਕੀਤੀ ਆ $20,000 ਡੋਨੇਟ ਕਰਕੇ, ਕਿ ਉਹਨਾਂ ਨੂੰ 3 ਟਨ ਰੈਫਰੀਜਰੇਟਡ ਜਿਹੜਾ ਟਰੱਕ ਹੈਗਾ ਉਹ ਲੈ ਕੇ ਦਿੱਤਾ। ਸੋ ਇਹਨਾਂ ਕੰਮਾਂ ਦੇ ਵਿੱਚ ਕਿਵੇਂ ਇਨਵੋਲਵਮੈਂਟ ਜਿਹੜੀ ਆ ਤੁਹਾਡੀ ਹੁੰਦੀ ਹੈ? ਹਰਸ਼ ਜੀ, ਵੈਸੇ ਇੱਕ ਤਾਂ ਆਪਾਂ ਮੰਨਾਂਗੇ ਜਦੋਂ ਬਿਜ਼ਨਸ ਦੇ ਵਿੱਚ ਗਰੋ ਹੁੰਦੇ ਨਾ, ਕਿ ਛੋਟੇ ਛੋਟੇ ਸਾਡੇ ਬਿਜ਼ਨਸ, ਸੁਖੀਬਾਣ ਨੇ ਵੀ ਤਾਂ ਛੋਟੇ ਜਿਹੇ ਬਿਜ਼ਨਸ ਤੋਂ ਸ਼ੁਰੂ ਕੀਤਾ, ਅਤੇ ਜਦੋਂ ਅਸੀਂ ਬੁਲੰਦੀਆਂ 'ਤੇ ਪਹੁੰਚ ਜਾਂਦੇ ਹੈਗੇ ਹਾਂ ਅਤੇ ਭਾਈਚਾਰੇ ਨੂੰ ਨਾ ਭੁੱਲਣਾ ਇੱਕ ਇੱਕ ਮਤਲਬ ਸਾਡੀ ਡਿਊਟੀ ਜਿੱਦਾਂ ਕਹਿ ਲਓ, ਮੈਂ ਵੀ ਉਸ ਹਿਸਾਬ ਨਾਲ ਚੱਲਦਾ ਰਹਿੰਦਾ, ਅਤੇ ਖਾਸ ਕਰ ਜਦੋਂ ਆਪਾਂ ਗੱਲ ਕਰਦੇ ਹਾਂ ਲੋੜਵੰਦਾਂ ਦੀ, ਕਿਉਂ ਹੁਣ ਮੇਰਾ ਤਾਂ 80% ਜਿਹੜਾ ਟਾਈਮ ਹੈ ਮੈਂ ਸੋਸ਼ਲ ਵਰਕ ਹੀ ਕਰਦਾ, ਬੱਚਿਆਂ ਨੇ ਬੜਾ ਵਧੀਆ ਸਭ ਕੁਝ ਚੁੱਕ ਲਿਆ, ਅਤੇ ਜਦੋਂ ਖਾਸ ਕਰ ਭੁੱਖੇ ਢਿੱਡਾਂ ਦੀ ਗੱਲ ਹੁੰਦੀ ਹੈ, ਉਹ ਤਾਂ ਮੰਨਣੀ ਪਊਗੀ ਗੱਲ ਵੀ ਸਾਨੂੰ 4 ਰੋਟੀਆਂ ਦੇ ਬਜਾਏ 3 ਖਾਣ ਵਾਲੀ ਗੱਲ, ਮੇਰੀ ਬੜੀ ਉਹ ਵਾਇਰ ਹੋਈ, ਬੜੇ ਮਿਲੀਅਨਸ ਉਹਦੇ ਵਿਊ ਬਣੇ, ਇੱਕ ਰੋਟੀ ਨਹੀਂ ਖਾਧੀ ਤਾਂ ਆਪਾਂ ਨੂੰ ਕੁਛ ਨਹੀਂ ਹੋਣਾ, ਉਹ ਰੋਟੀ ਕਿਸੇ ਹੋਰ ਨੂੰ ਦੇ ਦਿੱਤੀ ਤਾਂ ਮਤਲਬ ਉਹਦੀ ਰਾਤ ਲੰਘ ਜਾਣੀ ਵਧੀਆ। ਸੋ ਇਸ ਤਰ੍ਹਾਂ ਹੀ ਇਹ ਫਾਊਂਡੇਸ਼ਨ ਵੀ ਜਦੋਂ ਮੈਂ ਇਹਨੂੰ ਸਰਚ ਕੀਤਾ, ਦੇ ਡੂਇੰਗ ਵੈਰੀ ਵੈਲ, ਇਹਨਾਂ ਦਾ ਕੰਮ ਕੀ ਆ, ਇਹ ਜਿਹੜੇ ਵੱਡੇ ਸਟੋਰ ਨੇ ਗਰੋਸਰੀ ਸਟੋਰ, ਉਹਨਾਂ ਕੋਲ ਕੁਛ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਇੱਕ ਅੱਧੇ ਦਿਨ 'ਚ ਐਕਸਪਾਇਰ ਹੋ ਜਾਣੀਆਂ, ਉਹ ਫਿਰ ਇਹਨਾਂ ਨੇ ਉਹਨਾਂ ਨਾਲ ਕੰਟੈਕਟ ਕੀਤਾ ਹੋਇਆ, ਉਹ ਇਹਨਾਂ ਨੂੰ ਡੋਨੇਟ ਕਰ ਦਿੰਦੇ ਨੇ, ਇਹ ਫਿਰ ਉਹ ਚੀਜ਼ਾਂ ਲੋੜਵੰਦਾਂ 'ਚ ਵੰਡਦੇ ਨੇ, ਅਤੇ ਇਹਨਾਂ ਕੋਲ ਟਰੱਕ ਨਹੀਂ ਸੀਗਾ। ਸੋ ਇਹਨਾਂ ਨੂੰ ਅਸੀਂ ਛੋਟੀ ਜਿਹੀ ਆਪਣੀ ਕੋਸ਼ਿਸ਼ ਕਰਕੇ, ਪਰ ਜਿੰਨੀ ਉਹਨਾਂ ਨੂੰ ਮੈਂ ਸਟੱਡੀ ਕੀਤਾ ਉਹਦੇ ਹਿਸਾਬ ਨਾਲ ਦੇ ਡਿਜ਼ਰਵ ਕੁਆਰ ਏ ਬਿਗ ਹੋਰ ਹੈਲਪ। ਸੋ ਇਹ ਵੀ ਆਪਾਂ ਨੂੰ ਇੱਕ ਫਰਜ਼ ਹੀ ਹੈ
ਸੋ ਵਧੀਆ ਹੋਇਆ ਜੋ ਹੋਇਆ ਜੀ ਬਿਲਕੁਲ। ਤੇ ਨਾਲ ਨਾਲ ਹੁਣ ਅਸੀਂ ਵਾਪਸ 45ਵੀਂ ਐਨੀਵਰਸਰੀ ਦੀ ਗੱਲ ਕਰੀਏ, ਸੋ 45ਵੀਂ ਐਨੀਵਰਸਰੀ ਹੋਵੇ, 43ਵੀਂ ਹੋਵੇ, 44ਵੀਂ ਹੋਵੇ, ਹਰ ਵਾਰ ਕੈਸ਼ ਪ੍ਰਾਈਜ਼ ਦਿੱਤਾ ਜਾਂਦਾ ਅਤੇ ਹਰ ਸਾਲ ਵੈਲਿਊ ਜਿਹੜੀ ਆ ਉਹ ਵੱਧ ਜਾਂਦੀ ਹੈ। 44ਵੀਂ ਐਨੀਵਰਸਰੀ 'ਤੇ $4,400, ਹੁਣ $4,500 45ਵੀਂ ਐਨੀਵਰਸਰੀ 'ਤੇ ਦਿੱਤਾ ਜਾ ਰਿਹਾ। ਕੌਣ ਕੌਣ ਐਂਟਰ ਕਰ ਸਕਦਾ ਜੀ, ਡਰਾਅ ਦੀਆਂ ਡਿਟੇਲਸ ਜ਼ਰੂਰ ਦੱਸ ਦਿਓ ਸਾਨੂੰ। ਹਾਂ ਬਿਲਕੁਲ ਜੀ, ਵੈਸੇ ਕੋਈ ਬਹੁਤੀ ਰਿਸਟ੍ਰਿਕਸ਼ਨ ਨਹੀਂ ਹੁੰਦੀ, ਆਪਣੇ ਮੈਂ ਸੁੱਖੀ ਬਾਣ ਨੇ ਕਦੀ ਰਿਸਟ੍ਰਿਕਸ਼ਨ ਲਾਈ ਨਹੀਂ, ਇੱਕੇ ਹੋਣੀ ਚਾਹੀਦੀ ਕਿ ਸਾਨੂੰ ਇਸ ਡਰਾਅ ਸਿਸਟਮ ਉਹਦੇ ਵਿੱਚ ਏਜ ਦਾ ਬੜਾ ਫੈਕਟਰ ਹੁੰਦਾ ਹੈ। ਜੀ ਜੀ, ਯੂ ਮਸਟ ਬੀ 19 ਈਅਰ ਔਰ ਓਲਡ। ਤੁਸੀਂ ਵਰਕ ਪਰਮਿਟ 'ਤੇ ਹੋ, ਤੁਸੀਂ ਵਿਜ਼ਿਟਿੰਗ ਵੀਜ਼ੇ 'ਤੇ ਹੋ, ਤੁਸੀਂ ਜੋ ਵੀ ਹੋ ਸਿਟੀਜ਼ਨ ਹੋ, ਹਰ ਇੱਕ ਔਰ ਕਿਸੇ ਮੁਲਕ ਤੋਂ ਆਏ ਹੋ, ਕੋਈ ਜਵਾਨ ਬੋਲਦੇ ਹੋ, ਤੁਸੀਂ ਸਾਰੇ ਕੁਆਲੀਫਾਈ ਹੋ। ਉਹਦੇ ਲਈ ਤੁਸੀਂ ਐਂਟਰੀ ਔਨਲਾਈਨ ਜਾ ਕੇ ਐਂਟਰੀ ਕਰ ਸਕਦੇ ਹੋ, sukhibharatmotors.com 'ਤੇ ਸਲਿੱਪ ਤੁਹਾਨੂੰ ਮਿਲ ਸਕਦੀ ਹੈ। ਅਤੇ ਨਾਲ ਦੀ ਨਾਲ ਤੁਸੀਂ ਇਸ ਵੀਕਐਂਡ 'ਤੇ ਸਾਂਝਾ TV 'ਤੇ ਰੈੱਡ FM ਵਾਲਿਆਂ ਦੀ ਲਾਈਵ ਲੋਕੇਸ਼ਨ ਹੈਗੀ ਆ, ਵਧੀਆ ਫੂਡ ਦਾ ਇੰਤਜ਼ਾਮ ਹੋਏਗਾ ਔਰ ਬਹੁਤ ਸਾਰੇ ਗਿਫਟ, ਤਾਜ਼ੇ ਵੱਡੇ 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 ਟੈਚ ਕੇਸ ਪਾਰਸਲ ਆਏ ਨੇ, ਟੀ-ਸ਼ਰਟਾਂ ਜੈਕਟਾਂ ਵਗੈਰਾ ਜਿਹੜੀਆਂ ਫ੍ਰੀ ਆਫ ਚਾਰਜ ਸਾਰਿਆਂ ਨੂੰ ਦਿੱਤੀਆਂ ਜਾਣਗੀਆਂ। ਅਤੇ ਉੱਥੇ ਤੁਸੀਂ ਆਪਣਾ ਇਸ ਵੀਕਐਂਡ 'ਤੇ ਵੀ ਡਰਾਅ ਪਾ ਸਕਦੇ ਹੋ ਦੋਨਾਂ ਲੋਕੇਸ਼ਨਾਂ 'ਤੇ। ਅਤੇ ਜੂਨ ਦੀ 1st ਤਰੀਕ ਨੂੰ ਫਿਰ ਸਾਂਝਾ TV ਅਤੇ ਰੈੱਡ FM ਵਾਲੇ ਉੱਥੇ ਹੋਣਗੇ, ਉੱਥੇ 4:45 ਇਹ ਡਰਾਅ ਜਿਹੜਾ ਇੱਕ ਪਰਚੀ ਕੱਢੀ ਜਾਏਗੀ। ਅਤੇ ਉਸ ਦਿਨ ਮੇਕ ਸ਼ੋਰ ਵੀ ਮੇਰੀ ਜੇਬ ਦੇ ਵਿੱਚ 45 ਨੋਟ ਹੈਗੇ ਨੇ 100-100 ਦੇ, ਅਤੇ ਉਹ ਆਪਾਂ ਉਸ ਟਾਈਮ 'ਤੇ ਅਨਕੰਡੀਸ਼ਨਲ, ਉਹਦੀ ਕੋਈ ਸ਼ਰਤ ਨਹੀਂ, ਕੋਈ ਕੂਪਨ ਨਹੀਂ ਗਾ, ਇਹ ਨਹੀਂ ਕਿ ਸਾਡੇ ਸਟੋਰ 'ਤੇ ਖਰਚਣੇ ਆ, ਕੋਈ ਵੀ ਪਰਚੇਸ ਨੈਸੈਸਰੀ ਨਹੀਂ, ਇਹ ਨਹੀਂ ਕਿ ਗੱਡੀ ਘੜੀ ਖਰੀਦੋਗੇ ਤੇ ਫੇਰ ਹੀ ਤੁਹਾਨੂੰ ਨਾ ਜੀ ਨਾ ਐਂਟਰ ਕਰਨਾ, ਨਾ ਜੀ ਨਾ। ਨੰਗ ਦੇ ਵੜ ਦੇ ਰਿਸ਼ਤੇਦਾਰ ਬਾਹਰੋਂ ਆਏ ਉਹਨਾਂ ਦੀ ਵੀ ਪਰਚੀ ਪਵਾਓ, ਪਰ ਇੰਨਾ ਜ਼ਰੂਰ ਆ ਕਿ ਉਦਣ ਨੂੰ ਪੈਸੇ ਕਲੈਕਟ ਕਰਨ ਨੂੰ ਸਾਨੂੰ ਉੱਥੇ ਹੋਣਾ ਪੈਣਾ ਉਸ ਟਾਈਮ ਦੇ ਉੱਤੇ। ਸੋ 1 ਜੂਨ ਵਾਲੇ ਦਿਨ 4:45 'ਤੇ ਉੱਥੇ ਤੁਸੀਂ ਹਾਜ਼ਰ ਹੋਣੇ ਚਾਹੀਦੇ, ਹਾਜ਼ਰ ਹੋਣੇ ਉਦੋਂ ਤੱਕ। ਸੋ ਅੱਜ ਤੋਂ ਲੈ ਕੇ ਜੂਨ ਤੱਕ ਜਾਂ ਮਈ ਐਂਡ ਤੱਕ ਤੁਸੀਂ ਆਪਣੇ ਡਰਾਅ ਪਾ ਸਕਦੇ ਹੋ, ਤੇ ਜੂਨ 1 ਨੂੰ ਉੱਥੇ ਜਾ ਕੇ ਵੀ ਪਾਇਆ ਜਾ ਸਕਦਾ। ਹਾਂਜੀ ਹਾਂਜੀ ਹਾਂਜੀ, 4:30 ਤਾਈਂ ਕਿ 4:30 ਉਹ ਡਰਮ ਨੂੰ ਆਪਾਂ ਗੇੜਾ ਦਾਂਗੇ, ਤਾਂ ਇੱਕ ਪਰਚੀ ਜੇ ਤੁਸੀਂ ਹਾਜ਼ਰ ਹੋਏ ਤੁਹਾਡੋਂ ਕਢਾ ਲਾਂਗੇ, ਨਹੀਂ ਤਾਂ ਬਿੱਲ ਸੰਧੂ ਤੋਂ ਕਢਾ ਲਾਂਗੇ, ਅਤੇ ਉਹ ਆਪਾਂ 45 ਨੋਟ ਅਗਲੇ ਨੂੰ ਫੜਾ ਦਾਂਗੇ, ਜਿਹੜੇ ਕਿ ਉਹ ਆਪਣਾ ਜਾ ਕੇ ਛੁੱਟੀਆਂ ਕੱਟ ਸਕਦੇ ਨੇ, ਵੀਜ਼ੇ ਦਾ ਬਿੱਲ ਪੇ ਕਰ ਸਕਦੇ ਨੇ, ਕੁਛ ਵੀ ਕਰ ਸਕਦੇ ਨੇ, ਸਾਡੇ ਵੱਲੋਂ ਮਤਲਬ ਕੋਈ ਉੱਤੇ ਸ਼ਰਤ ਨਹੀਂ। ਅਤੇ ਨਾਲ ਨਾਲ ਇਹ ਹੈ ਕਿ ਜਿਹੜੀ ਦੂਜੀ ਲੋਕੇਸ਼ਨ ਟਰੱਕ ਸੈਂਟਰ ਦੀ ਆ, ਉੱਥੇ ਜਾ ਕੇ ਵੀ ਡਰਾਅ ਪਾਇਆ ਜਾ ਸਕਦਾ? ਹਾਂਜੀ ਬਿਲਕੁਲ, ਬੋਥ ਲੋਕੇਸ਼ਨ 'ਤੇ ਔਰ ਔਨਲਾਈਨ ਵੀ। ਔਨਲਾਈਨ ਵੀ? ਹਾਂਜੀ, sukhibharatmotors.com 'ਤੇ ਇੱਕ ਬਣੀ ਹੋਈ ਆ, ਉਹਨੂੰ ਕਲੈਕਟ ਕਰੋ, ਫਾਰਮ ਮੁਹਰੇ ਆ ਜਾਂਦਾ ਅਤੇ ਤੁਸੀਂ ਉਹ ਫਿਲ ਕਰ ਦਿਓ, ਆਟੋਮੈਟਿਕਲੀ ਉਹ ਸਾਡੇ ਕੋਲ ਪਹੁੰਚ ਜਾਂਦਾ, ਕੁੜੀਆਂ ਪ੍ਰਿੰਟ ਕਰਕੇ ਉਹ ਡਰਮ 'ਚ ਪਾ ਦਿੰਦੀਆਂ। ਜੀ ਬਿਲਕੁਲ ਜੀ, ਸੋ ਬਹੁਤ ਸੌਖੀਆਂ ਜਿਹੀਆਂ ਗੱਲਾਂ ਨੇ, ਪਰ ਨਾਲ ਨਾਲ 45ਵੀਂ ਐਨੀਵਰਸਰੀ ਅਤੇ $4,500 ਇਕੱਲਾ ਕੈਸ਼ ਹੋਵੇ ਹੋ ਨਹੀਂ ਸਕਦਾ। ਔਲਰੇਡੀ ਗੱਡੀਆਂ ਦੀਆਂ ਪ੍ਰਾਈਜ਼ ਵੀ ਰਿਡਿਊਸ ਕੀਤੀਆਂ ਹੋਈਆਂ ਨੇ, ਸੋ ਜਿਹੜੀਆਂ ਗੱਡੀਆਂ ਨੇ $4,500 ਤੱਕ ਰਿਡਿਊਸਡ ਨੇ, ਜੇ ਟਰੱਕ ਦੀ ਗੱਲ ਕਰੀਏ $10,000 ਤੱਕ ਰਿਡਿਊਸ ਪ੍ਰਾਈਜ਼ ਹੈਗੇ ਨੇ, ਉਹਦੀਆਂ ਡਿਟੇਲਸ ਵੀ ਦੱਸ ਦਿਓ ਜੀ। ਹਾਂ ਬਿਲਕੁਲ, ਅਸੀਂ ਇੱਕ ਨਾ ਸਾਡੇ ਕੋਲ ਜਿਹੜੇ ਕਮਰਸ਼ੀਅਲ ਟਰੱਕ ਨੇ 3 ਟਨ 5 ਟਨ ਵੇਖਾਰ ਉਹ ਕਿਸੇ ਵੀ ਸਾਈਜ਼ ਦੇ ਨੇ, 18 ਫੁੱਟੇ ਨੇ, 20 ਫੁੱਟੇ, 26 ਫੁੱਟੇ ਜਾਂ ਫਲੈਟ ਡੈਕਸ ਨੇ, ਇੱਕ ਕੰਪਨੀ ਤੋਂ ਸਾਨੂੰ ਬਹੁਤ ਵੱਡੀ ਤਾਦਾਦ ਦੇ ਵਿੱਚ ਇੱਕ ਥਾਂ ਤੋਂ ਮਿਲ ਗਏ। ਹੁਣ ਇਸ ਵੇਲੇ ਜੇ ਤੁਸੀਂ ਟਰੱਕ ਸੈਂਟਰ 'ਤੇ ਜਾਓ ਜਾਂ ਸਾਡਾ ਜਿਹੜਾ ਕੰਪਾਊਂਡ ਹਾਰਵੀ ਰੋਡ 'ਤੇ ਆ ਉੱਥੇ ਜਾਓ, ਇਸ ਪੈਕਡ, ਸੋ ਇਸ ਕਰਕੇ ਵੱਡੀ ਗਿਣਤੀ ਵਿੱਚੋਂ ਇਨਵੈਂਟੋਰੀ ਆਈ ਆ, ਅਤੇ ਅਸੀਂ ਚਾਹਾਂਗੇ ਕਿ ਉਹ ਜਲਦੀ ਜਲਦੀ ਉਹ ਨਿਕਲ ਜਾਣ। ਸੋ ਦੈਟ ਵਨ ਆਫ ਦ ਰੀਜ਼ਨ, ਜਿਹੜੀਆਂ ਤੁਸੀਂ ਦੇਖ ਰਿਹਾ ਹੋਗੇ ਕੋਈ ਵੀ ਪ੍ਰਾਈਸ ਉੱਤੇ ਵੈਬਸਾਈਟ 'ਤੇ ਜਾ ਕੇ ਦੇਖੋ ਲੱਗੀ ਹੋਈ ਆ, ਪਰ ਤੁਹਾਨੂੰ ਇਸ 45ਵੀਂ ਐਨੀਵਰਸਰੀ 'ਤੇ ਤੁਸੀਂ ਆਟੋਮੈਟਿਕਲੀ $10,000 ਉਹ ਚੋਂ ਘਟਾ ਲਓ, ਓਕੇ, ਦੈਟ ਵੀ ਯੋਰ ਪ੍ਰਾਈਸ।
ਸੋ ਨੋ ਯੂ ਡੋਂਟ ਹੈਵ ਟੂ ਨੈਗੋਸ਼ੀਏਟ ਐਂਡ ਅਸੀਂ ਫਾਈਨੈਂਸ ਕਮਰਸ਼ੀਅਲ ਟਰੱਕ ਤੁਹਾਨੂੰ ਮੋਸਟ ਮਜੋਰਟੀ ਟਾਈਮ ਉਹ ਲੀਜ਼ ਕੀਤੇ ਜਾਂਦੇ ਨੇ, ਕਰਾਉਂਦੇ ਨੇ ਲੋਕ, ਅਤੇ ਰਾਈਟ ਵੇ ਅਸੀਂ ਅੱਧੇ ਘੰਟੇ ਪੌਣੇ ਘੰਟੇ 'ਚ ਤੁਹਾਨੂੰ ਉਹਦੀ ਲੀਜ਼ ਪਰੂਵ ਲੈ ਦਾਂਗੇ। ਇੱਕ ਗੱਲ ਹੋਰ ਇੱਥੇ ਜ਼ਰੂਰ ਕਹਾਂਗਾ, ਪਹਿਲਾਂ ਵੀ ਆਪਾਂ ਕੀਤੀ ਹੈ, ਬਿਜ਼ਨਸ ਦੇ ਵਿੱਚ ਤੁਹਾਡੀ ਅਰਸ਼ ਦੀ ਕੰਪਨੀ ਆ, ਪਰ ਤੁਸੀਂ ਕੰਪਨੀ ਦੇ ਨਾਂ ਹੀ ਟਰੱਕ ਲੈਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਆਪਣਾ ਕ੍ਰੈਡਿਟ ਖਾਲੀ ਰੱਖਣਾ ਚਾਹੁੰਦੇ ਹੋ, ਕੋਈ ਘਰ ਲੈਣਾ ਹੋਊ ਜਾਂ ਕੋਈ ਹੋਊ। ਸੁਖੀ ਬਾਰ ਮੋਟਰਸ ਜਾਂ ਸਾਡੀ ਜਿਹੜੀ ਕੰਪਨੀਆਂ ਫਾਈਨੈਂਸਿੰਗ ਕੰਪਨੀਆਂ ਨੇ, ਇਹ ਇੱਕ ਐਸੀਆਂ ਕੰਪਨੀਆਂ ਜਿਹੜੀਆਂ ਮੈਂ ਹਾਰਡਲੀ ਕਦੀ ਸੁਣਿਆ ਨਹੀਂ ਗਾ ਵੀ ਕੋਈ ਵੀ ਫਾਈਨੈਂਸਿੰਗ ਕੰਪਨੀ ਕਹਿ ਰਹੀ ਆ ਉਹ ਐਜ਼ ਏ ਡਾਇਰੈਕਟਰ ਤੁਸੀਂ ਸਾਈਨ ਕਰ ਦਿਉ ਨਾ ਕਿ ਐਜ਼ ਏ ਗਰੰਟੋਰ। ਅਸੀਂ ਐਜ਼ ਏ ਡਾਇਰੈਕਟਰ ਸਾਈਨ ਕਰਕੇ ਅਤੇ ਤੁਹਾਡਾ ਕ੍ਰੈਡਿਟ ਵਿਹਲਾ ਰੱਖ ਸਕਦੇ ਹਾਂ, ਜਿਹਦੇ ਨਾਲ ਤੁਸੀਂ ਆਪਣੇ ਹੋਰ ਆਪਣੇ ਬਿਜ਼ਨਸ ਦੇ ਆਪਣੇ ਪਰਸਨਲ ਲਾਈਫ ਦੇ ਵਿੱਚ ਕੋਈ ਤਰੱਕੀ ਕਰ ਸਕਦੇ ਹੋ। ਸੋ ਇਹ ਬਹੁਤ ਲੋਕ ਇਸ ਚੀਜ਼ ਨੂੰ ਪਸੰਦ ਕਰਦੇ ਨੇ ਜਿਹੜੇ ਬਿਜ਼ਨਸ ਵਾਲੇ ਨੇ, ਕਿਉਂ ਸਿਰਫ ਕੰਪਨੀ ਹੀ ਲਾਇਬਲ ਆ ਉਸ ਡੈਟਸ ਦੀ। ਜੀ ਜੀ ਬਿਲਕੁਲ। ਸੋ ਬਹੁਤ ਸਾਰੀਆਂ ਆਪਸ਼ਨਸ ਤੁਹਾਡੇ ਵੱਲੋਂ ਦਿੱਤੀਆਂ ਜਾਂਦੀਆਂ ਨੇ, ਬਟ ਸਭ ਹੁਣ ਨਾ ਗੱਡੀਆਂ ਦੇ ਵਿੱਚ ਵੀ ਬਹੁਤ ਸਾਰੀਆਂ ਵਰਾਈਟੀਜ਼ ਨੇ। ਹੁਣ ਅਸੀਂ ਪਲੱਗ ਇਨ ਹਾਈਬ੍ਰਿਡਸ ਦੀ ਗੱਲ ਕਰ ਲਈਏ, ਇਲੈਕਟ੍ਰਿਕ ਗੱਡੀਆਂ ਦੀ ਗੱਲ ਕਰ ਲਈਏ, ਸੇਫ SUV ਹੈਗੇ ਨੇ, ਉਹ ਸਾਰੀਆਂ ਚੀਜ਼ਾਂ ਇਨਵੈਂਟੋਰੀ 'ਚ ਹੈਗੀਆਂ? ਹਾਂਜੀ ਬਿਲਕੁਲ ਜੀ, ਐਜ਼ ਮੈਂ ਲਾਸਟ ਨਾਈਟ ਉਹਦਾ ਇਨਵੈਂਟੋਰੀ ਦੇਖ ਰਿਹਾ ਸੀਗਾ, ਕੋਈ 400 ਦੇ ਕਰੀਬ ਗੱਡੀਆਂ ਖੜੀਆਂ ਨੇ, $20 million ਦੀ ਇਨਵੈਂਟੋਰੀ ਹੈ, ਅਤੇ ਉਹਦੇ ਵਿੱਚੋਂ ਐਟਲੀਸਟ ਬੇਸ਼ੱਕ ਹਾਲੇ ਉਹ ਇੰਨੀਆਂ ਬਣਦੀਆਂ ਨੇ, ਮੇਰਾ ਖਿਆਲ ਆ ਵੀ 33% ਜਿਹੜੀ ਸਾਡੀ ਇਨਵੈਂਟੋਰੀ ਆ ਉਹ ਇਲੈਕਟ੍ਰਿਕ ਵਹੀਕਲ, ਹਾਈਬ੍ਰਿਡ ਵਹੀਕਲ, ਪਲੱਗ ਇਨ ਵਹੀਕਲ ਜਿਹੜੀਆਂ ਨੇ ਉਹ ਸਾਡੇ ਕੋਲ ਸਟਾਕ 'ਚ ਮਿਲ ਜਾਣਗੀਆਂ। ਜੀ ਬਿਲਕੁਲ ਜੀ, ਅਤੇ ਜੇ ਕੋਈ ਮੇਕ ਐਂਡ ਮਾਡਲ ਨਹੀਂ ਅਵੇਲੇਬਲ ਤੁਹਾਡੇ ਵੱਲੋਂ ਆਰਡਰ ਕੀਤਾ ਜਾਵੇ? ਹਾਂ ਬਿਲਕੁਲ ਜੀ, ਸਾਡਾ ਇੱਕ ਵੱਖਰਾ ਡਿਪਾਰਟਮੈਂਟ ਹੈ ਉਹ ਜਿਹਨੂੰ ਅਸੀਂ ਲੋਕੇਟ ਕਹਿੰਦੇ ਹਾਂ। ਤੁਸੀਂ ਗੱਡੀ ਤੁਹਾਡੇ ਕੋਲ ਹੈ ਨਹੀਂ ਜਾਂ ਸਾਡੇ ਕੋਲ ਟਰੱਕ ਹੈ ਨਹੀਂ ਗਾ ਜਿਹੜਾ 5 ਟਨ 3 ਟਨਸ ਨੇ, ਤੁਸੀਂ ਉਹ ਸ਼ੀਟ ਭਰਾਓ, ਨੈਕਸਟ ਡੇ ਤੁਹਾਨੂੰ ਅਸੀਂ ਰੋਲ ਕਰ ਦਾਂਗੇ। ਔਰ ਚੰਗੀ ਗੱਲ ਇਹ ਆ ਕਿ ਕੈਨੇਡਾ ਦੇ ਕਿਸੇ ਖੂੰਜੇ ਵਿੱਚ ਵੀ, ਕਿਉਂ ਮੈਂ ਪਿਛਲੀ ਲਾਸਟ ਵੀਕਐਂਡ 'ਤੇ ਮੈਂ ਸ਼ਿਕਾਗੋ ਸੀ, ਇੱਕ ਸਮਾਗਮ ਸੀ, ਅਤੇ ਮੈਨੂੰ ਵੈਸੇ ਬੜੀ ਖੁਸ਼ੀ ਹੋਈ ਉਹ ਸਮਾਗਮ 'ਤੇ, ਮੈਂ ਤਾਂ ਜੇ ਟੇਬਲ 'ਤੇ ਬੈਠਾ ਸੀ, ਪਰ ਬਹੁਤ ਤਾਦਾਦ ਵਿੱਚ ਆ ਕੇ ਮੈਨੂੰ ਲੋਕ ਮਿਲਣ ਆਏ ਅਤੇ ਕਹਿੰਦੇ ਜੀ ਸਾਂਝਾ TV 'ਤੇ ਤੁਹਾਨੂੰ ਦੇਖ ਰਹੇ ਸੀਗੇ, ਅਤੇ ਦੂਸਰੇ ਦਿਨ ਇੱਕ ਸਵੇਰੇ ਗੁਰੂ ਘਰ ਦੇ ਪ੍ਰਧਾਨ ਦਾ ਫੋਨ ਆ ਗਿਆ, ਕਹਿੰਦੇ ਮੈਂ ਸਾਂਝਾ TV 'ਤੇ ਨੂੰ ਬਹੁਤ ਦੇਖਦਾ, ਮੈਂ ਤੁਹਾਨੂੰ ਅਕਸਰ ਸੁਣਦਾ ਰਹਿੰਦਾ ਵੀ ਤੁਸੀਂ ਗੁਰੂ ਘਰ ਜ਼ਰੂਰ ਆਓ, ਇਸ ਕਰਕੇ ਕਨੈਕਸ਼ਨ ਬੜੇ ਬਣੇ ਹੋਏ ਨੇ। ਸੋ ਕਿਤੇ ਵੀ ਕੈਨੇਡਾ ਦੇ ਅਮੈਰੀਕਾ ਦੇ ਕਿਸੇ ਵੀ ਸ਼ਹਿਰ ਵਿੱਚ ਗੱਡੀ ਡਿਲੀਵਰ ਕਰਾਉਣੀ ਆ, ਦੇਰ ਇਜ਼ ਨੋ ਇਸ਼ੂ ਵਿਦ ਇਟ। ਅਤੇ ਨਾਲ ਨਾਲ ਬਾਟ ਸਾਹਿਬ ਇਹ ਵੀ ਹੈ ਕਿ ਬੜੀ ਗੱਲ ਮਸ਼ਹੂਰ ਹੈਗੀ ਹੈ ਕਿ ਸੁਖੀ ਬਾਟ ਮੋਟਰਸ 'ਤੇ ਜਾਓ, ਤੁਹਾਡੇ ਕੋਲ ਕ੍ਰੈਡਿਟ ਹੈਗਾ, ਗੁੱਡ ਹੈ, ਬੈਡ ਹੈ ਹੀ ਨਹੀਂ, ਨਵੇਂ ਆਏ ਆ ਤਾਂ ਵੀ ਗੱਡੀ ਮਿਲ ਸਕਦੀ ਹੈ। ਸੋ ਉਹ ਗੱਡੀ ਜਿਹੜੀ ਆ ਉਹ ਜਿਹੜੀ ਸ਼ਰਤਾਂ ਨੇ ਉਹ ਅਜੇ ਵੀ ਹੈਗੀਆਂ ਨੇ ਕਿ ਤੁਸੀਂ ਜਿਵੇਂ ਮਰਜ਼ੀ ਆ ਉਹ ਗੱਡੀ ਤੁਹਾਨੂੰ ਦੇ ਕੇ ਤੁਰ? ਗੱਡੀ ਦੇ ਦਾਂਗੇ ਜੀ, ਦੇਖੋ ਜੇ ਹੋ ਸਕਦਾ ਵੀ ਤੁਸੀਂ 50,000 ਲਈ ਕੁਆਲੀਫਾਈ ਨਾ ਕਰੋ, ਮੈਂ ਸੱਚ ਕਹਿ ਰਿਹਾ, ਪਰ ਇਹ ਮੈਂ ਤੁਹਾਨੂੰ ਨਾਲ ਵਾਅਦਾ ਕਰ ਸਕਦਾ ਵੀ ਤੁਹਾਨੂੰ ਗੱਡੀ ਦੇ ਕੇ ਤੁਰਾਂਗੇ, ਜਿਹਨਾਂ ਮੈਂ ਤੁਹਾਡਾ ਸਿਸਟਮ ਨੂੰ ਦੇਖ ਕੇ। ਪਰ ਅਕਸਰ ਅਸੀਂ ਨਿਊ ਮਾਡਲ ਹੀ ਰੱਖਦੇ ਹਾਂ ਅਸੀਂ, ਕੋਈ ਇੱਦਾਂ ਨਹੀਂ ਕਿ ਤੁਹਾਨੂੰ ਐਵੇਂ ਕੋਈ ਟੁੱਟੀ ਜਿਹੀ ਗੱਡੀ ਦੇ ਕੇ ਐਵੇਂ ਬੋਤਾ ਲਾ ਦਾਂਗੇ, ਪਰ ਉਹ ਗੱਡੀ ਦਾਂਗੇ ਜਿਹੜੀ 4 ਸਾਲ ਚੱਲੂਗੀ, ਕਿਸ਼ਤ ਹੈਗੀ ਆ, ਛੋਟੀ ਤੋਂ ਛੋਟੀ ਕਿਸ਼ਤ ਤੁਸੀਂ ਬਣਾ ਸਕਦੇ ਹੋ। ਸਾਡੇ ਕੋਲ ਇੱਕ ਨਵਾਂ ਪ੍ਰੋਗਰਾਮ ਵੀ ਚੱਲ ਰਿਹਾ, 9 months ਫੋਰ ਨੋ ਪੇਮੈਂਟਸ। ਅੱਛਾ ਜੀ, ਇਸ ਵੇਲੇ 9 months ਨੋ ਪੇਮੈਂਟ, 30-day ਐਕਸਚੇਂਜ ਪਾਲਿਸੀ ਐਗਜ਼ਿਸਟ, ਅੱਗੇ ਵੀ ਆਪਾਂ ਗੱਲਬਾਤ ਕੀਤੀ ਹੋਈ ਆ, ਸਰੋਤਿਆਂ ਨੂੰ ਵੀ ਯਾਦ, ਦਰਸ਼ਕਾਂ ਨੂੰ ਵੀ ਯਾਦ ਕਰਾ ਦੇਈਦਾ ਫਿਰ ਵੀ ਆਹ ਚੀਜ਼ਾਂ ਹੈਗੀਆਂ ਨੇ, ਫਿਰ ਉਹਨਾਂ ਨੂੰ ਐਡਵਾਂਟੇਜ ਲੈ ਲੈਂਦੇ ਨੇ। ਕਹਿਣ ਤੋਂ ਭਾਵ ਕੀ ਆਰ ਸੀ ਮੇਰਾ ਵੀ ਚਲੋ ਬਿਜ਼ਨਸ ਹੈ, ਪ੍ਰਸ਼ੰਸਾ ਕਰਨੀ ਵੀ ਬਣਦੀ ਆ, ਮਿਹਨਤ ਕਰਦੇ ਹਾਂ ਅਸੀਂ ਬੜੀ ਇਮਾਨਦਾਰੀ ਨਾਲ, ਤੁਹਾਡੇ ਬਜਟ 'ਚ ਰਹਿ ਕੇ, ਤੁਹਾਡੀ ਸੁਣ ਕੇ, ਤੁਹਾਡੀ ਚੋਇਸ ਨਾਲ, ਇੱਕ ਬਿਨਾਂ ਪ੍ਰੈਸ਼ਰ ਤੋਂ ਜਿਹੜਾ ਸੇਲ ਸਟਾਫ ਤੁਹਾਡੇ 'ਤੇ ਪ੍ਰੈਸ਼ਰ ਨਹੀਂ ਪਾਊਗਾ, ਤੁਸੀਂ ਮੈਨੂੰ
ਜਾਤੀ ਤੌਰ 'ਤੇ ਫੋਨ ਕਰ ਸਕਦੇ ਜੇ ਤੁਹਾਡੇ ਕੋਲ ਪ੍ਰੈਸ਼ਰ ਪਾਵੇ। ਆਰਾਮ ਨਾਲ ਗੱਡੀ ਦੇਖੋ, ਦੇਖ ਕੇ ਗੱਡੀ ਪਸੰਦ ਕਰਕੇ ਪੇਮੈਂਟ ਦਾ ਪਤਾ ਕਰੋ, ਫਿਰ ਘਰ ਜਾਓ ਇੱਕ ਰਾਤ, ਫਿਰ ਘਰ ਸੋਚੋ, ਸ਼ੀਸ਼ੇ ਮੂਹਰੇ ਖੜ੍ਹ ਕੇ ਸੋਚੋ, ਫਿਰ ਦੂਏ ਦਿਨ ਮੁੜ ਕੇ ਸੁੱਕੀ ਬਾਹਰ ਮੋਟਰ ਜਾਓ ਗੱਡੀ ਚੁੱਕਣ। ਇੰਨਾ ਕੁ ਰਿਲੈਕਸ ਅਸੀਂ ਤੁਹਾਨੂੰ ਕਰ ਸਕਦੇ ਹਾਂ ਜੀ, ਬਿਲਕੁਲ ਜੀ। ਕਿਉਂਕਿ ਗੱਡੀ ਹਮੇਸ਼ਾ ਮੈਂ ਗੱਲ ਕਰਦੀ ਹੁੰਦੀ ਹਾਂ ਕਿ ਗੱਡੀ ਅੱਜ ਦੇ ਸਮੇਂ ਦੇ ਵਿੱਚ ਲਗਜ਼ਰੀ ਨਹੀਂ ਹੈਗੀ, ਅੱਜ ਦੇ ਸਮੇਂ ਦੇ ਵਿੱਚ ਨੈਸੈਸਿਟੀ ਹੈ, ਜ਼ਰੂਰਤ ਹੈ। ਸੋ ਗੱਡੀ ਜਿਹੜੀ ਆ ਉਹ ਲੈਣ ਦਾ ਸਮਾਂ ਕਈ ਵਾਰੀ ਲੋਕ ਪੁੱਛ ਲੈਂਦੇ ਵੀ ਕਦੋਂ ਗੱਡੀ ਲਈ ਜਾਵੇ, ਸੋ ਸਹੀ ਸਮਾਂ ਕਿਹੜਾ ਹੋ ਸਕਦਾ ਹੈ? ਮੈਨੂੰ ਤਾਂ ਲੱਗਦਾ ਕਿ ਐਨਵਰਸਰੀ ਟਾਈਮ ਹੋ ਸਕਦਾ ਕਿਉਂਕਿ ਡੀਲਸ ਲੱਗੀਆਂ ਹੁੰਦੀਆਂ। ਹਾਂ ਬਿਲਕੁਲ, ਬਹੁਤ ਵਧੀਆ ਵਧੀਆ ਡੀਲਸ ਨੇ ਜਿਹਦਾ ਆਪਾਂ ਹਰ ਕਿਸਮ ਦੀ ਗੱਡੀ ਆ ਆਪਾਂ ਕੋਲ, 400 ਗੱਡੀਆਂ ਦੇ ਵਿੱਚੋਂ ਮਤਲਬ ਕਾਫੀ ਵਰਾਇਟੀ ਹੋ ਜਾਂਦੀ ਆ। ਦੂਸਰਾ, ਗੱਡੀ ਲੈਣ ਦਾ ਸਭ ਤੋਂ ਵਧੀਆ ਟਾਈਮ ਇਹ ਵੀ ਹੁੰਦਾ ਹੈ ਕਿ ਜੇ ਤੁਸੀਂ ਬੱਸਾਂ ਦੇ ਵਿੱਚ 5 ਘੰਟੇ 2.5 ਘੰਟੇ ਉੱਧਰ ਨੂੰ 2.5 ਘੰਟੇ ਖਰਾਬ ਕਰ ਰਹੇ ਹੋ, ਤਾਂ ਉਹ ਜਿਹੜਾ ਟਾਈਮ ਕਿਤੇ ਤੁਸੀਂ ਪਾਰਟ ਟਾਈਮ ਜੋਬ ਵੀ ਲੈ ਲਓ ਜੀ, ਅਤੇ 15 ਮਿੰਟਾਂ 'ਚ ਤੁਸੀਂ ਕੰਮ 'ਤੇ, 20 ਮਿੰਟਾਂ 'ਚ ਕੰਮ 'ਤੇ ਤੁਸੀਂ ਪਹੁੰਚ ਗਏ, ਤਾਂ ਫਿਰ ਉਂਝ ਵੀ ਮਾਣ ਜਿਹਾ ਹੁੰਦਾ, ਘਰ ਗੱਡੀ ਆ, ਆਪਣੀ ਗੱਡੀ ਆ, ਜਦੋਂ ਮਰਜ਼ੀ ਜਿੱਥੇ ਮਰਜ਼ੀ ਜਾਵਾਂਗੇ। ਫਿਰ ਥੋੜੇ ਰਿਸ਼ਤੇਦਾਰ ਵੀ ਕਦਰ ਕਰਨ ਲੱਗ ਜਾਂਦੇ, ਵੇਖੋ ਆਪਣੀ ਗੱਡੀ ਆ। ਸੋ ਵੀ ਵਧੀਆ ਟਾਈਮ ਹੁੰਦਾ ਗੱਡੀ ਲੈਣ ਦਾ, ਪਰ ਬਜਟ 'ਚ ਰਹਿਣਾ, ਡੋਨਟ ਗੋ ਆਊਟ ਆਫ ਬਜਟ, ਨਹੀਂ ਜਾਣਾ। ਬਿਲਕੁਲ ਜੀ, ਸੋ ਇਹ ਪਹਿਲੀ ਡੀਲਰਸ਼ਿਪ ਆ ਜਿਹੜੀ ਕਹਿੰਦੀ ਹੈ ਕਿ ਪਹਿਲਾਂ ਬਜਟ ਦੱਸੋ ਕੀ ਹੈ, ਨਹੀਂ ਤਾਂ ਪਹਿਲਾਂ ਉਹ ਗੱਡੀ ਦਿਖਾਉਂਦੇ ਆ ਅਤੇ ਫਿਰ ਉਹ ਕਹਿੰਦੇ ਆ ਕਿ ਅੱਛਾ ਗੱਡੀ ਜੇ 40,000 ਵਾਲੀ ਲੈਣੀ ਹੈ, ਨਹੀਂ ਆ 60,000 ਲਓ, 60,000 ਜ਼ਿਆਦਾ ਵਧੀਆ, ਅਸੀਂ ਤਾਂ ਗੱਡੀ ਵੇਚਣੀ ਹੈ। ਪਰ ਇੱਥੇ ਤੁਹਾਨੂੰ ਬਜਟ 'ਚ ਰਹਿ ਕੇ ਤੁਹਾਡਾ ਦੇਖ ਕੇ ਸਟੇਟਸ ਕੀ ਆ, ਤੁਸੀਂ ਸਟੂਡੈਂਟ ਆ, ਤੁਸੀਂ ਵਰਕ ਪਰਮਿਟ 'ਤੇ ਆ, ਤੁਸੀਂ ਪੱਕੇ ਆ, ਤੁਹਾਡਾ ਕੰਮ ਕਿਸ ਤਰ੍ਹਾਂ ਦਾ, ਉਹਨੂੰ ਆਧਾਰ ਬਣਾ ਕੇ ਵਿਜ਼ਿਟਰ ਵੀ ਉਹ ਵੀ ਫਾਈਨੈਂਸ ਹੋ ਜਾਂਦਾ, ਉਹ ਵੀ ਹੋ ਜਾਂਦਾ, ਕਿਉਂ ਜਾਣਾ ਨਹੀਂ ਕਿਸੇ ਨੇ। ਬਜਟ ਤੁਹਾਡਾ ਕਿਸ ਤਰ੍ਹਾਂ ਦਾ, ਤੁਸੀਂ ਇਹ ਆ ਕਿ ਓਵਰ ਤਾਂ ਨਹੀਂ ਚੱਲ ਰਹੇ ਤੇ ਕੱਲ ਨੂੰ ਤੁਸੀਂ ਕਰਜ਼ੇ 'ਚ ਤਾਂ ਨਹੀਂ ਫਸ ਜਾਓ? ਨਹੀਂ, ਬਜਟ 'ਚੋਂ ਅਸੀਂ ਤੁਹਾਨੂੰ ਬਾਹਰ ਨਹੀਂ ਹੋਣ ਦਿੰਦੇ, ਕਿਉਂ ਅਸੀਂ ਵੀ ਫਾਈਨੈਂਸ ਕਰਨੀ, ਖੁਦ ਕਰਨੀ, ਕੋਲੋਂ ਪੈਸੇ ਦੇਣੇ ਆ, ਅਸੀਂ ਵੀ ਤੁਹਾਨੂੰ ਬਜਟ 'ਚੋਂ ਬਾਹਰ ਨਹੀਂ ਜਾਣ ਦਿੰਦੇ, ਕਿਉਂਕਿ ਅਸੀਂ ਕਲੈਕਟ ਕਰਨੇ ਨੇ। ਜੇ ਤੁਸੀਂ ਬਜਟ 'ਚੋਂ ਬਾਹਰ ਚਲੇ ਗਏ, ਸਾਨੂੰ ਪੇਮੈਂਟ ਨਹੀਂ ਆਏਗੀ, ਫਿਰ ਆਪਾਂ ਸਾਰਿਆਂ ਨੂੰ ਮੁਸ਼ਕਲ ਆਏਗੀ। ਸੋ ਅਸੀਂ ਪੂਰਾ ਕੈਲਕੂਲੇਟ ਕਰਕੇ ਤੁਹਾਨੂੰ $500 ਵਾਲੀ ਨਹੀਂ ਗੱਡੀ ਮਿਲ ਸਕਦੀ, ਪਰ $300 ਮੰਥਲੀ ਮਿਲ ਸਕਦੀ, ਉਹ ਹੀ ਦੇਵਾਂਗੇ। 45 ਸਾਲ ਹੋ ਗਏ ਨੇ ਅਤੇ 45 ਸਾਲਾਂ ਦੀਆਂ ਸੈਲੀਬ੍ਰੇਸ਼ਨਸ ਨੂੰ ਲੈ ਕੇ ਆਪਣੇ ਆਪ ਨੂੰ ਵੀ ਇਹ ਲੱਗਦਾ ਹੋਣਾ ਕਿ 45 ਸਾਲ ਕਿਵੇਂ ਲੰਘੇ ਪਤਾ ਹੀ ਨਹੀਂ ਲੱਗਿਆ, ਪਰ ਉਹ ਯਾਦਾਂ ਜਿਹੜੀਆਂ ਨੇ ਉਹ ਤਾਜ਼ੀਆਂ ਹੁੰਦੀਆਂ ਹੋਣਗੀਆਂ। ਹਾਂ ਬਿਲਕੁਲ ਜੀ, ਬਹੁਤ ਕੁਛ ਪਿੱਛੇ ਆ, ਪਰ ਲੱਗਦਾ ਤਾਂ ਅਰਸ਼ ਦੀ ਪਿੰਜੀ ਆ ਵੀ ਹੁਣੇ ਤਾਂ ਹਾਲੇ ਜਵਾਨੀ ਆਈ ਆ, ਹੁਣੇ ਤਾਂ ਹਾਲੇ ਸੂਤ ਜਿਹੇ ਹੋਏ ਆ, ਬੱਚਿਆਂ ਦਾ ਹੀ ਹੈਲਪ ਹੋ ਗਈ ਆ, ਚਲੋ ਬਿਜ਼ਨਸ ਵੀ ਵਧੀਆ ਚੱਲਦੇ ਨੇ। ਬਹੁਤ ਸਾਰਿਆਂ ਨੂੰ ਇੰਸਪੀਰੇਸ਼ਨ ਵੀ ਮਿਲਦੀ ਆ, ਬਹੁਤ ਸਾਰੇ ਨਵੇਂ ਬਿਜ਼ਨਸ ਵੀ ਖੋਲ੍ਹਣਾ ਚਾਹੁੰਦੇ ਹੋਣਗੇ, ਪਰ ਇਹ ਆ ਕਿ ਕੋਈ ਟਿਪ ਦੇਣਾ ਚਾਹੁੰਦੇ ਹੋਵੋ ਅਤੇ ਨਾਲ ਨਾਲ $4,500 ਜਿੱਤਣ ਦੇ ਲਈ ਜਿਹੜੇ ਜਿਹੜੇ ਡਰੋਪ ਆ ਸਕਦੇ ਉਹਨਾਂ ਨੂੰ ਇੱਕ ਵਾਰੀ ਕੀ ਕਹੋਗੇ ਜੀ? ਹਾਂ ਬਿਲਕੁਲ ਜੀ, ਇੱਕ ਅਸ਼ਦੀ ਵੀ ਮੈਂ ਜ਼ਰੂਰ ਇੱਕ ਸਾਂਝ ਪਾਉਂਦਾ ਵੀ ਜਦੋਂ ਮੈਂ ਸਰੀ ਦੇ ਵਿੱਚ ਵਿਚਰਦਾ ਨਾ ਜੀ, ਮੈਨੂੰ ਇੱਕ ਬਹੁਤ ਮਾਣ ਜੇ ਵਾਲੀ ਗੱਲ ਆ ਕਿ ਮੇਰਾ ਖਿਆਲ ਘੱਟੋ ਘੱਟ 20 ਬਿਜ਼ਨਸ ਇਸ ਵੇਲੇ ਸਰੀਰ ਵਿੱਚ ਚੱਲ ਰਹੇ ਨੇ ਜਿਹੜੇ ਸੁੱਖੀ ਬਾੜ ਨੇ ਸ਼ੁਰੂ ਕਰਵਾਏ ਸੀ, ਜਿਹਨਾਂ ਨੂੰ ਸੁੱਖੀ ਬਾੜ ਨੇ ਹਾਇਰ ਕੀਤਾ ਸੀ, ਬੇਸ਼ੱਕ ਉਹ ਬੋਡੀ ਸ਼ੋਪ 'ਚ ਕੰਮ ਕਰਨ ਲਈ ਹਾਇਰ ਕੀਤਾ ਸੀ, ਬੇਸ਼ੱਕ ਉਹ ਮਕੈਨਿਕ ਸ਼ੋਪ 'ਚ ਹਾਇਰ ਕੀਤਾ ਜਾਂ ਸੇਲ ਪੀਪਲ ਸ਼ੁਰੂ ਕੀਤੇ, ਉਹਨਾਂ ਨੇ ਇੱਕ ਵਧੀਆ ਕੰਮ ਕਰਕੇ ਕਿ ਹਰੇਕ ਆਦਮੀ ਤਰੱਕੀ ਕਰਨਾ ਚਾਹੁੰਦਾ, ਉਹਨਾਂ ਨੇ ਆਪੋ ਆਪਣੇ ਬਿਜ਼ਨਸ ਜਦੋਂ ਸ਼ੁਰੂ ਵੀ ਕੀਤੇ, ਉਹਨਾਂ ਨੂੰ ਵੀ ਫਿਰ ਵੀ ਅਤੇ ਅੱਜ ਵੀ ਬੜੀ ਸਪੋਰਟ ਕਰਦਾ, ਕਿਉਂ ਮੇਰੇ ਦਰਖਤ ਲਾਏ ਹੋਏ ਨੇ। ਸੋ ਉਹ ਵੀ ਇੱਕ ਮੇਲੇ ਤਾਂ ਬੜੀ ਮਾਣ ਵਾਲੀ ਗੱਲ ਹੁੰਦੀ ਆ ਕਿ ਉਹ ਵੀ ਆਪਣੇ ਘਰਾਂ ਦੇ ਵਿੱਚ ਵਧੀਆ ਰੋਟੀ ਪਾਣੀ ਖਾ ਰਹੇ ਨੇ, ਬਿਜ਼ਨਸ ਚਲਾ ਰਹੇ ਨੇ। ਬਾਕੀ ਅਸੀਂ ਐਂਡ 'ਤੇ ਮੈਂ ਇਹੀ ਕਹਾਂਗਾ ਕਿ ਇਸ ਸੈਚਰਡੇ, ਇਸ ਵੀਕਐਂਡ 'ਤੇ ਅਤੇ ਮੋਹਲੀ ਵੀਕਐਂਡ 'ਤੇ ਮੇਲੇ ਦਾ ਮਾਹੌਲ ਹੋਏਗਾ, ਆਓ ਆਪਣੇ ਗਿਫਟ ਲਓ, ਵਧੀਆ ਵਧੀਆ ਪ੍ਰਾਈਸਾਂ ਦਾ ਫਾਇਦਾ ਲਓ, ਰਾਈਟ, ਔਰ ਟੈਨਸ਼ਨ ਫਰੀ ਹੋ ਕੇ ਆਓ ਸਾਡੇ ਕੋਲ। ਹਾਂ, ਮਜ਼ੇ ਨਾਲ ਤੁਹਾਨੂੰ ਗੱਡੀ ਦੇਵਾਂਗੇ, ਉਹ ਹੀ ਦੇਵਾਂਗੇ ਜਿਹੜੀ ਤੁਸੀਂ ਚਾਹੋਗੇ, ਰਾਈਟ। ਸੋ ਆਓ, ਰਲ ਮਿਲ ਕੇ ਆਪਾਂ ਜਸ਼ਨ ਮਨਾਉਂਦੇ ਹਾਂ,
ਖੁਸ਼ੀਆਂ ਦਾ ਦਿਨ, ਸਾਡੇ ਲਈ ਵੀ ਬੜਾ ਖੁਸ਼ੀਆਂ ਦਾ ਦਿਨ ਹੈ, ਕਿਉਂਕਿ 45 ਸਾਲ ਦਾ ਕਾਫੀ ਹੁੰਦਾ ਆ। ਸੋ ਸਾਂਝਾ ਟੀਵੀ ਦਾ, ਅਰਸ਼ਦੀਪ ਦਾ ਖਾਸ ਕਰਕੇ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਧੰਨਵਾਦ, ਕੰਗ੍ਰੈਚੁਲੇਸ਼ਨਸ ਵਾਂਸ ਅਗੇਨ ਤੁਹਾਨੂੰ, ਤੁਹਾਡੀ ਫੈਮਿਲੀ ਨੂੰ, ਸੁਖੀ ਬਾਟ ਮੋਟਰਸ ਦੀ ਫੈਮਿਲੀ ਨੂੰ, ਸਾਰਿਆਂ ਨੂੰ ਮਿਹਨਤ ਦੇ ਲਈ ਤੇ ਸਕਸੈਸ ਦੇ ਲਈ ਇੱਕ ਵਾਰੀ ਫਿਰ ਤੋਂ ਕੰਗ੍ਰੈਚੁਲੇਸ਼ਨਸ, ਗੁੱਡ ਲੱਕ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਸੁਖੀ ਬਾਟ ਮੋਟਰਸ ਤੋਂ ਸੁਖੀ ਬਾਟ ਜੀ ਅੱਜ ਪਹੁੰਚੇ ਹੋਏ ਸੀ, 45 ਸਾਲ ਦੇ ਸਫ਼ਰ ਬਾਰੇ ਗੱਲ ਕੀਤੀ ਹੈ। ਸੋ ਇੰਸਪੀਰੇਸ਼ਨ ਲੈਣੀ ਬਣਦੀ ਹੈ, ਸਾਨੂੰ ਸਾਰਿਆਂ ਨੂੰ ਸਿੱਖਣਾ ਬਣਦਾ। ਜੇ ਚਾਹੁੰਦੇ ਹਾਂ ਕਿ ਅਸੀਂ ਬਿਜ਼ਨਸ ਖੋਲ੍ਹਣਾ ਤਾਂ ਬਿਜ਼ਨਸ ਦੇ ਟਿਪਸ ਇਹਨਾਂ ਨੇ ਦੇ ਦਿੱਤੇ ਆ ਕੀ ਟਿਪਸ ਹੋ ਸਕਦੇ ਆ, ਕਿਵੇਂ ਇੱਕ ਬਿਜ਼ਨਸ ਸਕਸੈਸਫੁਲ ਹੋ ਸਕਦਾ। ਪਰ ਨਾਲ ਨਾਲ ਜੇ ਤੁਸੀਂ ਚਾਹੁੰਦੇ ਹਾਂ ਕਿ $4,500 ਜਿੱਤਣਾ, $4,500 ਕੈਸ਼ ਪ੍ਰਾਈਜ਼ ਜਿੱਤਣਾ, ਬਿਨਾਂ ਕਿਸੇ ਪਰਚੇਸ ਤੋਂ ਜਿੱਤਣਾ, ਤਾਂ ਵੀ ਤੁਸੀਂ ਸੁਖੀ ਬਾਟ ਮੋਟਰ ਜਾ ਸਕਦੇ ਹਾਂ। ਬਿਨਾਂ ਕੁਝ ਬਾਏ ਕਰਨ ਤੋਂ ਤੁਸੀਂ ਉੱਥੇ ਸਟਾਫ ਨੂੰ ਮਿਲ ਸਕਦੇ ਹਾਂ, ਉੱਥੇ ਸੁਖੀ ਬਾਟ ਉਹਨਾਂ ਨੂੰ ਮਿਲ ਸਕਦੇ ਹਾਂ, ਸਾਡੀ ਟੀਮ ਨੂੰ ਮਿਲ ਸਕਦੇ ਹਾਂ, ਕਿਉਂਕਿ ਅਸੀਂ ਸ਼ਨੀਵਾਰ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਦੇ ਉੱਤੇ ਉਚੇਚੇ ਤੌਰ ਦੇ ਉੱਤੇ ਉੱਥੇ ਹੋਵਾਂਗੇ। ਸੋ ਸਾਡੀ ਟੀਮ ਨੂੰ ਮਿਲਿਆ ਜਾ ਸਕਦਾ, $4,500 ਜਿੱਤਣ ਦਾ ਮੌਕਾ ਲਿਆ ਜਾ ਸਕਦਾ। ਸੋ 1 ਜੂਨ ਵਾਲਾ ਦਿਨ ਨੋਟ ਕਰ ਲਓ, 1 ਜੂਨ ਵਾਲੇ ਦਿਨ ਜਾ ਕੇ ਵੀ ਡਰੋਅ ਪਾਇਆ ਜਾ ਸਕਦਾ। ਸ਼ਾਮ ਨੂੰ 5:45 'ਤੇ, 4:45 'ਤੇ, ਪੂਰੇ 5 ਵਜੇ ਤੱਕ ਜਿਹੜਾ ਪਤਾ ਲੱਗ ਜਾਏਗਾ ਕਿ ਕੌਣ ਹੋਏਗਾ $4,500 ਦਾ ਵਿਨਰ। ਸੋ ਇਸੇ ਤਰ੍ਹਾਂ ਦੇਖਦੇ ਰਹੋ ਸਾਂਝਾ ਟੀਵੀ, ਅਸੀਂ ਤੁਹਾਨੂੰ ਇਨਫੋਰਮੇਸ਼ਨ ਅਤੇ ਅਪਡੇਟ ਇਸੇ ਤਰ੍ਹਾਂ ਦਿੰਦੇ ਰਹਾਂਗੇ। ਅਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।